ਲਓ ਜੀ ਵੀਵਰਸ, ਇੰਨਾ ਵਧੀਆ ਜੈਮ ਬਣ ਕੇ ਆਪਣੇ ਕੋਲ ਰੈਡੀ ਹੋਇਆ, ਬਿਨਾਂ ਉਬਾਲੇ ਤੋਂ ਹੈ, ਬਿਨਾਂ ਪ੍ਰਿਜ਼ਰਵੇਟਿਵ ਤੋਂ ਹੈ ਜੀ, ਬਿਨਾਂ ਕਲਰਿੰਗ ਤੋਂ ਹੈ, ਆਪਦੇ ਹੱਥ ਦਾ ਬਣਿਆ, ਸਾਫ਼ ਸੁਥਰਾ। ਤਾਂ ਵੇਖੋ ਕਿੰਨਾ ਵਧੀਆ ਸਪਰੈਡ ਹੋਣ ਦੇ ਵਿੱਚ ਵੀ ਇੰਨਾ ਵਧੀਆ। ਭਾਵੇਂ ਇਹਨੂੰ ਆਪਾਂ ਕਿਸੇ ਬ੍ਰੈਡ ਸਲਾਈਸ 'ਤੇ ਲਾ ਕੇ ਖਾਈਏ ਜਾਂ ਕਿ ਆਪਾਂ ਬੱਚੇ ਪਰੌਂਠੇ ਦੇ ਉੱਤੇ ਵੀ ਲਾ ਕੇ ਖਾਣਾ ਬੜਾ ਪਸੰਦ ਕਰਦੇ ਆ। ਇੰਨਾ ਵਧੀਆ, ਹੈਲਦੀ ਹੈ, ਟੇਸਟੀ ਹੈ, ਆਪਦੇ ਹੱਥ ਦਾ ਬਣਿਆ। ਤਾਂ ਆਓ ਫਿਰ ਆਪਾਂ ਵੇਖੀਏ ਵੀ ਆਪਾਂ ਆਮਲੇ ਦਾ ਜੈਮ ਕਿਸ ਤਰ੍ਹਾਂ ਬਣਾਵਾਂਗੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵੀਵਰਸ, ਅੱਜ ਆਪਾਂ ਆਏ ਹਾਂ ਆਮਲੇ ਦੇ ਜੈਮ ਦੀ ਵੀਡੀਓ ਲੈ ਕੇ, ਜਿਹੜੀ ਕਿ ਬਣਾਉਣ ਦੇ ਵਿੱਚ ਬਹੁਤ ਆਸਾਨ ਹੈ। ਇਹਦੇ ਵਾਸਤੇ ਮੈਂ 250 ਗ੍ਰਾਮ ਆਮਲੇ ਲੈ ਆਉਂਦੇ ਸੀਗੇ। ਆਮਲੇ ਥੋੜ੍ਹੇ ਜਿਹੇ ਵੱਡੇ ਹੋਣ, ਸਾਫ਼ ਸੁਥਰੇ ਹੋਣ, ਕੋਈ ਦਾਗੀ ਫਾਗੀ ਨਾ ਹੋਣ, ਕਿਉਂਕਿ ਆਮਲਾ ਥੋੜ੍ਹਾ ਜਿਹਾ ਟੱਚ ਦੇ ਵਿੱਚ ਆਉਂਦੇ ਹੀ ਨਾਲ ਦੀ ਨਾਲ ਜਿੱਥੋਂ ਭੁਰ ਜਾਂਦਾ ਤਾਂ ਉੱਥੇ ਹੀ ਦਾਗ ਹੋ ਜਾਂਦਾ ਹੁੰਦਾ। ਤਾਂ ਸਾਫ਼ ਸੁਥਰੇ ਇਹਨਾਂ ਨੂੰ ਧੋ ਸਵਾਰ ਕੇ ਸੁਕਾ ਲਿਆ ਸੀਗਾ। ਸੁਕਾਉਣ ਤੋਂ ਬਾਅਦ ਹੁਣ ਆਪਾਂ ਜਿਹੜੇ ਇਹ ਡੰਡੀ ਵਾਲਾ ਹਿੱਸਾ ਥੋੜ੍ਹਾ ਜਿਹਾ ਇਹ ਵੀ ਉੱਤੋਂ ਸਾਫ਼ ਕਰ ਦਾਂਗੇ ਚਾਕੂ ਦੀ ਨੋਕ ਨਾਲ। ਅਤੇ ਅਗਰ ਜੇ ਕਿਤੇ ਇਸ ਤਰ੍ਹਾਂ ਮਾੜਾ ਮੋਟਾ ਲੱਗਿਆ ਹੋਇਆ ਹੈਗਾ ਤਾਂ ਉਹਨੂੰ ਵੀ ਆਪਾਂ ਸਾਫ਼ ਕਰ ਲਾਂਗੇ। ਸਾਰੇ ਔਲੇ ਇਸ ਤਰ੍ਹਾਂ ਆਪਾਂ ਸਾਫ਼ ਕਰਕੇ ਤਾਂ ਫਿਰ ਬਣਾਵਾਂਗੇ। ਜਿਹੜਾ ਅੱਜ ਆਪਾਂ ਬਣਾ ਰਹੇ ਹਾਂ ਇਸੇ ਤਰ੍ਹਾਂ ਹੀ ਆਪਾਂ ਸਾਫ਼ ਕਰ ਲਏ ਹੈ। ਤਾਂ ਇਹ ਆਪਾਂ ਬਣਾ ਰਹੇ ਹਾਂ ਬਿਨਾਂ ਉਬਾਲੇ ਤੋਂ, ਪਰ ਪਾਣੀ ਮੈਂ ਜ਼ਰੂਰ ਉਬਾਲੂੰਗੀ, ਪਰ ਆਂਵਲੇ ਨਹੀਂ ਆਪਾਂ ਇਹਦੇ ਵਿੱਚ ਉਬਾਲਾਂਗੇ। 2 ਗਲਾਸ ਆਪਣਾ ਪਤੀਲੇ ਦੇ ਵਿੱਚ ਪਾਣੀ ਪਾ ਕੇ ਰੱਖ ਲਿਆ, ਇਹ ਜਦੋਂ ਉਬਾਲੇ 'ਤੇ ਆਊਗਾ ਤਾਂ ਫਿਰ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ। ਇਹਦੇ ਵਾਸਤੇ ਅਗਲਾ ਪ੍ਰੋਸੈਸ ਕੀ ਹੈ ਵੀ ਆਪਾਂ ਜਿਵੇਂ ਕਿ ਕੋਈ ਚੌਲ ਛਾਨਣ ਵਾਲੀ ਛਾਨਣੀ ਹੋ ਗਈ ਜਾਂ ਕਿ ਮੋਮੋਜ ਬਣਾਉਣ ਵਾਲਾ ਕੋਈ ਸਟੀਮਰ ਹੋ ਗਿਆ, ਉਹ ਉੱਤੇ ਰੱਖ ਕੇ, ਤਾਂ ਮਤਲਬ ਜਾਲੀ ਵਾਲਾ ਬਰਤਨ ਹੋਵੇ ਤਾਂ ਉਹਦੇ ਵਿੱਚ ਆਪਾਂ ਔਲੇ ਰੱਖ ਲਾਂਗੇ। ਆਪਾਂ ਸਟੀਮ ਨਾਲ ਪਕਾਵਾਂਗੇ, ਇਹਨੂੰ ਉਬਾਲਾਂਗੇ ਨਹੀਂ, ਕਿਉਂਕਿ ਉਬਾਲਣ ਦੇ ਨਾਲ ਬਹੁਤ ਸਾਰੇ ਜਿਹੜੇ ਹੈਲਦੀ ਤੱਤ ਹੁੰਦੇ ਆ ਉਹ ਪਾਣੀ ਦੇ ਵਿੱਚ ਘੁਲਣ ਕਰਕੇ ਨਿਕਲ ਜਾਂਦੇ ਆ, ਤਾਂ ਉਹ ਓਨਾ ਟੇਸਟੀ ਵੀ ਨਹੀਂ ਬਣਦਾ ਹੈਗਾ। ਇਸ ਤਰ੍ਹਾਂ ਬਣਾਇਆ ਹੋਇਆ ਬਹੁਤ, ਭਾਵੇਂ ਆਪਾਂ ਸਟੀਲ ਦੀ ਪਲੇਟ ਦੇ ਦਈਏ ਅਤੇ ਭਾਵੇਂ ਆਪਾਂ ਕੰਚ ਦੀ, ਪਰ ਆਪਾਂ ਕੰਚ ਦਾ ਢੱਕਣ ਇਸ ਤਰ੍ਹਾਂ ਦਿਆਂਗੇ, ਲਿਡਦਾਰ ਰੱਖਾਂਗੇ ਵੀ ਆਪਾਂ ਨੂੰ ਬਾਹਰੋਂ ਹੀ ਪਤਾ ਲੱਗ ਜਾਂਦਾ ਚੀਜ਼ ਬਣੀ ਦਾ ਕਿ ਨਹੀਂ ਬਣੀ ਦਾ। ਤਾਂ ਲਓ ਜੀ, ਉੱਪਰੋਂ ਵੇਖਣ ਤੋਂ ਹੀ ਪਤਾ ਲੱਗਦਾ ਪਿਆ ਸੀਗਾ ਕਿਉਂਕਿ ਆਮਲੇ ਫਟ ਵੀ ਚੁੱਕੇ ਆ ਤਾਂ ਰੰਗ ਵੀ ਜਿਹੜਾ ਉਹਨਾਂ ਦਾ ਹਲਕਾ ਜਿਹਾ ਪੀਲਾ ਹੋ ਗਿਆ। ਤਾਂ ਜੇ ਆਪਾਂ ਇਹ ਕਿਸੇ ਚਮਚ ਦੀ ਡੰਡੀ ਨਾਲ ਜਾਂ ਕੋਈ ਚਾਕੂ ਨਾਲ ਇਸ ਤਰ੍ਹਾਂ ਕਰਕੇ ਵੇਖੀਏ ਤਾਂ ਨਾਲ ਦੀ ਨਾਲ ਵੇਖੋ, ਆਹ ਵੇਖੋ ਕਈ ਤਾਂ ਬਿਲਕੁਲ ਉੱਪਰੋਂ ਫਾੜੀਆਂ ਫਾੜੀਆਂ ਵੀ ਅਲੱਗ ਹੋ ਚੁੱਕੀਆਂ, ਇੰਨੀ ਵਧੀਆ ਤਰ੍ਹਾਂ ਪੱਕ ਚੁੱਕੇ ਆਪਣੇ ਆਮਲੇ। ਤਾਂ ਇਹਨਾਂ ਨੂੰ ਆਪਾਂ ਹੁਣ ਨਾ ਨੀਚੇ ਉਤਾਰ ਦਾਂਗੇ, ਗੈਸ ਦੀ ਫਲੇਮ ਕਰ ਦਾਂਗੇ ਬੰਦ। ਤਾਂ ਇਹ ਆਪਾਂ ਹੁਣ ਥੋੜ੍ਹੇ ਜੇ ਜਦੋਂ ਠੰਡੇ ਹੋ ਗਏ, ਛੂਹਣਯੋਗ ਹੋ ਗਏ ਤਾਂ ਫਿਰ ਇਸ ਤਰ੍ਹਾਂ ਆਪਾਂ ਹਲਕਾ ਜਿਹਾ ਹੀ ਨੱਪਾਂਗੇ ਤਾਂ ਸਾਰੇ ਇਸ ਤਰ੍ਹਾਂ ਫਾੜੀਆਂ ਅੱਡੋ ਅੱਡ ਹੋ ਜਾਂਦੀਆਂ। ਤਾਂ ਵਿੱਚੋਂ ਹਜੇ ਅੰਦਰੋਂ ਤਾਂ ਹਜੇ ਵੀ ਬਹੁਤ ਜ਼ਿਆਦਾ ਗਰਮ ਹੈਗੇ ਹੈ, ਤਾਂ ਇਸ ਤਰ੍ਹਾਂ ਅਲੱਗ ਅਲੱਗ ਫਾੜੀਆਂ ਕਰ ਦਾਂਗੇ ਤਾਂ ਜਲਦੀ ਥੋੜ੍ਹੇ ਠੰਡੇ ਹੋ ਜਾਣਗੇ। ਤਾਂ ਇਸੇ ਤਰ੍ਹਾਂ ਹੀ ਆਪਾਂ ਨਾ ਸਾਰੇ ਆਮਲਿਆਂ ਨੂੰ ਹੱਥ ਨਾਲ ਹੀ ਥੋੜ੍ਹਾ ਜਿਹਾ ਉੱਪਰੋਂ ਦਬਾ ਦੇਵਾਂਗੇ ਤਾਂ ਅੱਡੋ ਅੱਡ ਫਾੜੀਆਂ ਹੋ ਜਾਂਦੀਆਂ। ਤਾਂ ਸਾਰਿਆਂ ਦੇ ਆਪਾਂ ਬੀਜ ਕੱਢ ਲਾਂਗੇ ਤਾਂ ਸਾਰੀਆਂ ਆਪਾਂ ਫਾੜੀਆਂ ਕਰ ਲਵਾਂਗੇ, ਇਹ ਲੈ ਲਵਾਂਗੇ। ਵੀਵਰਸ, ਵੀਡੀਓ ਦੇ ਚਲਦੇ ਚਲਦੇ ਮੇਰੇ ਵੀਡੀਓ ਨੂੰ ਲਾਈਕ, ਸ਼ੇਅਰ, ਅਤੇ ਜੇ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਲਓ ਜੀ, ਥੋੜ੍ਹੀ ਜਿਹੀ ਹਵਾ ਜੀ ਨਿਕਲ ਗਈ ਆਮਲਿਆਂ ਦੀਆਂ ਫਾੜੀਆਂ ਫਾੜੀਆਂ ਕੀਤਿਆਂ ਤੋਂ। ਤਾਂ ਹੁਣ ਆਪਾਂ ਮਿਕਸੀ ਦੇ ਗ੍ਰੈਂਡਰ ਜਾਰ 'ਚ ਪਾ ਕੇ ਇੱਕ ਵਾਰੀ ਆਪਾਂ ਅੱਧੇ ਹੀ ਪਾਵਾਂਗੇ, ਤਾਂ ਇਸੇ ਤਰ੍ਹਾਂ ਪਹਿਲਾਂ ਸੁੱਕੇ ਹੀ ਪੀਸ ਲਾਂਗੇ, ਪਰ ਸੁੱਕੇ ਪੂਰੀ ਤਰ੍ਹਾਂ ਨਹੀਂ ਪੀਸਣਗੇ। ਹੁਣੇ ਆਪਾਂ ਜਿਹੜਾ ਪਾਣੀ ਉਬਾਲਣ ਵਾਸਤੇ ਰੱਖਿਆ ਸੀ ਨਾ ਨੀਚੇ ਜੋ ਉਬਲ ਰਿਹਾ ਸੀ ਪਾਣੀ, ਉਸੇ ਦੇ ਵਿੱਚੋਂ ਮੈਂ 2 ਚਮਚ ਪਾਣੀ ਦੇ ਪਾ ਲਏ ਹੈ। ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਵਿੱਚ ਇੰਨੇ ਨੂੰ ਪਹਿਲਾਂ ਮਿਕਸ ਕਰ ਲਾਂਗੇ, ਕਿਉਂਕਿ ਜਦੋਂ ਇਹ ਪਤਲੀ ਫੋਮ 'ਚ ਆਜੂ ਫਿਰ ਬਾਕੀ ਦੇ ਵੀ ਜਿਹੜੇ ਹੈਗੇ ਆ ਆਪਾਂ ਆਮਲੇ ਉਹ ਫਿਰ ਦੁਬਾਰਾ ਵਿੱਚ ਪਾਵਾਂਗੇ। ਤਾਂ 2 ਚਮਚ ਪਾਣੀ ਨਾਲ ਹੀ ਇਹਨਾਂ ਨੂੰ ਪੂਰੀ ਤਰ੍ਹਾਂ ਆਪਾਂ ਦੂਜੇ ਵੀ ਪਾ ਕੇ ਅਤੇ ਵਿੱਚ ਚੰਗੀ ਤਰ੍ਹਾਂ ਪੀਸ ਲਿਆ, ਫਾਈਨ ਪੇਸਟ ਬਣ ਗਿਆ ਆਪਣਾ ਵਧੀਆ। ਇਹ ਸਾਰਾ ਪੇਸਟ ਬਣਾਉਣ ਵਾਸਤੇ ਸਿਰਫ ਆਪਾਂ 2 ਚਮਚ ਹੀ ਪਾਣੀ ਦੇ ਯੂਜ਼ ਕੀਤੇ ਆ। ਅਗਰ ਉਬਾਲਿਆ ਹੁੰਦਾ ਤਾਂ ਇਹ ਆਪਾਂ ਨੂੰ ਉਹ ਵੀ ਜ਼ਰੂਰਤ ਨਹੀਂ ਸੀਗੀ, ਪਰ ਉਬਾਲਣ ਦਿਨ ਵਾਲਾ ਉਨਾ ਟੇਸਟੀ ਨਹੀਂ ਬਣਦਾ ਗਾ। ਇਹਨੂੰ ਆਪਾਂ ਹੁਣ ਕੜਾਹੀ ਦੇ ਵਿੱਚ ਕੱਢ ਲਿਆ ਸਾਰੇ ਪੇਸਟ ਨੂੰ, ਕੜਾਹੀ ਦੇ ਵਿੱਚ ਕੱਢ ਕੇ ਅਤੇ ਨੀਚੇ ਤੋਂ ਗੈਸ ਚਲਾ ਕੇ ਤਾਂ ਹੁਣ ਇਹਨੂੰ ਆਪਾਂ ਹਿਲਾਉਂਦੇ ਹੋਏ ਪਕਾਵਾਂਗੇ। ਹਜੇ ਵੇਖੋ ਥੋੜ੍ਹਾ ਧੁੰਦਲਾ ਜਿਹਾ ਹੈਗਾ ਨਾ ਕਲਰ, ਜਿਵੇਂ ਜਿਵੇਂ ਇਹ ਪੱਕੂਗਾ ਉਵੇਂ ਉਵੇਂ ਇਹਦਾ ਕਲਰ ਵਧੀਆ ਹੋਊਗਾ। ਤਾਂ ਆਪਣੇ ਕੋਲ 250 ਗ੍ਰਾਮ ਤਾਂ ਆਪਣੇ ਆਮਲੇ ਸੀ, ਤਾਂ 250 ਗ੍ਰਾਮ ਹੀ ਆਪਾਂ ਚੀਨੀ ਲੈ ਲਈ ਹੈ। ਇਹਨੂੰ ਇਸ ਤੋਂ ਵੀ ਜ਼ਿਆਦਾ ਹੋਰ ਵਧੀਆ ਹੈਲਦੀ ਬਣਾਉਣ ਵਾਸਤੇ ਤਾਂ ਆਪਾਂ ਚੀਨੀ ਦੀ ਜਗ੍ਹਾ ਮਿਸ਼ਰੀ ਵੀ ਲੈ ਸਕਦੇ ਹਾਂ। ਅਗਰ ਤੁਹਾਡੇ ਕੋਲ ਹੈਗੀ ਤਾਂ ਮਿਸ਼ਰੀ ਪਾ ਲਓ, ਜੇ ਤੁਹਾਡੇ ਕੋਲ ਮਿਸ਼ਰੀ ਨਹੀਂ ਹੈਗੀ ਤਾਂ ਵਿੱਚ ਚੀਨੀ ਪਾ ਲਓ। ਹੁਣ ਵੇਖੋ ਅੱਗੇ ਨਾਲੋਂ ਬਹੁਤ ਜ਼ਿਆਦਾ ਟ੍ਰਾਂਸਪੇਰੈਂਟ ਜਿਹਾ ਹੋ ਗਿਆ। ਇਹਨੂੰ ਪਕਾਉਂਦਿਆਂ ਨੂੰ ਵੀ ਆਪਾਂ ਨੂੰ ਹੋ ਗਏ 8-7-8 ਮਿੰਟ,
ਤਾਂ ਹੁਣ ਇਹਦੇ ਵਿੱਚ ਆਪਾਂ ਇੱਕ ਟੁਕੜਾ ਦਾਲਚੀਨੀ ਦਾ ਪਾ ਦੇਵਾਂਗੇ ਤਾਂ 3 ਇਲਾਇਚੀਆਂ ਦੇ ਦਾਣੇ ਕੱਢ ਕੇ ਪਾ ਦਾਂਗੇ। ਪਰ ਇੱਥੇ ਆਪਾਂ ਜਦੋਂ ਕੜਾਹੀ ਦਾ ਛੱਡ ਰਹੇ ਹਾਂ ਨਾ ਹਿਲਾਉਣਾ, ਤਾਂ ਗੈਸ ਬਿਲਕੁਲ ਸਿਮ 'ਤੇ ਕਰ ਦਿਉ, ਕਿਉਂਕਿ ਇਹਨੂੰ ਆਪਾਂ ਛੱਡ ਨਹੀਂ ਸਕਦੇ। ਜੇ ਚੀਨੀ ਪਾਈ ਹੋਈ ਹੈ ਤਾਂ ਸਾਈਡਾਂ ਤੋਂ ਲੱਗ ਕੇ ਤਾਂ ਹੋਰ ਵੀ ਜ਼ਿਆਦਾ ਫਿਰ ਖਰਾਬ ਹੋਣ ਦਾ ਡਰ ਹੋਊਗਾ। ਤਾਂ ਇਹਨੂੰ ਆਪਾਂ ਦਾਲਚੀਨੀ ਅਤੇ ਇਲਾਇਚੀ ਪਾ ਕੇ ਇਹਨੂੰ ਆਪਾਂ 5 ਮਿੰਟ ਵਾਸਤੇ ਹੋਰ ਪਕਾ ਲਾਂਗੇ ਚੰਗੀ ਤਰ੍ਹਾਂ। ਚੰਗੀ ਤਰ੍ਹਾਂ ਸਾਈਡਾਂ ਤੋਂ ਉਤਾਰਤੇ ਜਾਵਾਂਗੇ। ਇਸ ਤਰ੍ਹਾਂ ਆਪਣੇ ਬਣੇ ਦੀ ਕੀ ਕੰਸਿਸਟੈਂਸੀ ਪਤਾ ਲੱਗਦਾ ਵੀ ਇਸ ਤਰ੍ਹਾਂ ਜਦੋਂ ਆਪਾਂ ਸਪੈਚੁਲਾ 'ਤੇ ਪਾ ਕੇ ਅਤੇ ਇਸ ਤਰ੍ਹਾਂ ਹਿਲਾ ਕੇ ਥੱਲੇ ਸਿੱਟੀਏ ਤਾਂ ਉਦੋਂ ਆਪਣਾ ਥੱਕੇ ਦੇ ਰੂਪ ਦੇ ਵਿੱਚ ਡਿੱਗਣਾ ਚਾਹੀਦਾ ਹੁੰਦਾ। ਇਹ ਬਿਲਕੁਲ ਪਤਲੀ ਤਾਰ ਜਾ ਵਾਂਗੂ ਜੇ ਨਹੀਂ ਹੋਣਾ ਚਾਹੀਦਾ, ਕਿ ਵੈਸੇ ਹੀ ਪਤਾ ਲੱਗ ਰਿਹਾ ਵੀ ਪਾਣੀ ਹੈ ਨਹੀਂ। ਸੋਰੀ, ਇੱਥੇ ਮੇਰਾ ਕੈਮਰਾ ਨਾ ਕਟੋਰੀ ਨੂੰ ਕੈਚ ਨਹੀਂ ਕਰ ਸਕਿਆ ਉੱਤੋਂ ਤੱਕ। ਤਾਂ ਇਹਦੇ ਵਿੱਚ ਪਾ ਕੇ ਵੇਖੀਏ ਜੇ ਕਟੋਰੀ ਦੇ ਵਿੱਚ, ਤਾਂ ਬਿਲਕੁਲ ਉਹਨੂੰ ਟੇਢੀ ਕਰ ਦਈਏ ਤਾਂ ਕੋਈ ਉਹਦੇ 'ਚ ਪਾਣੀ ਦੀ ਲਾਈਨ ਨਹੀਂ ਆਉਣੀ ਚਾਹੀਦੀ ਗੀ, ਕੋਈ ਉਹ ਮਤਲਬ ਚੱਲਣਾ ਨਹੀਂ ਚਾਹੀਦਾ ਗਾ ਕਟੋਰੀ ਦੇ ਵਿੱਚੋਂ। ਤਾਂ ਆਪਣੀ ਉਹ ਕੰਸਿਸਟੈਂਸੀ ਬਣ ਗਈ ਹੈ ਤਾਂ ਆਪਾਂ ਹੁਣ ਇਹਨੂੰ ਸਾਈਡਾਂ ਤੋਂ ਉਤਾਰ ਲਵਾਂਗੇ। ਇੱਥੇ ਜੇ ਤੁਸੀਂ ਚਾਹੋ ਤਾਂ ਇੱਥੇ ਤੁਸੀਂ ਆਪਦਾ ਕੋਈ ਫੂਡ ਕਲਰ ਪਾ ਸਕਦੇ ਹੋ, ਪਰ ਮੈਂ ਫੂਡ ਕਲਰ ਨਹੀਂ, ਮੈਨੂੰ ਇਸ ਤਰ੍ਹਾਂ ਦਾ ਨਾ ਓਰੀਜਨਲ ਕਲਰ ਜ਼ਿਆਦਾ ਵਧੀਆ ਲੱਗਦਾ। ਜਿਵੇਂ ਸੂਜੀ ਦਾ ਹਲਵਾ ਹੁੰਦਾ ਨਾ, ਇਸ ਤਰ੍ਹਾਂ ਦਾ ਕਲਰ ਆਉਂਦਾ ਇਹਦਾ, ਇਸ ਮੁਰੱਬੇ ਦਾ, ਸੋਰੀ ਜੈਮ ਦਾ, ਬੜਾ ਵਧੀਆ। ਤਾਂ ਜੇ ਤੁਸੀਂ ਚਾਹੁੰਦੇ ਹੋ ਵੀ ਬੱਚੇ ਕਲਰਿੰਗ 'ਤੇ ਕਈ ਵਾਰੀ ਖੁਸ਼ ਹੁੰਦੇ ਤਾਂ ਥੋੜ੍ਹਾ ਜਿਹਾ ਪੀਸ ਪੱਕਦੇ ਦੇ ਵਿੱਚ ਬੀਟਰੂਟ ਦਾ ਭਾਵੇਂ ਤੁਸੀਂ ਨਾਲ ਪਾ ਲਓ। ਤਾਂ ਇੱਥੇ ਆਪਾਂ ਭਾਵੇਂ ਤਾਂ ਕੜਾਹੀ ਦੇ ਵਿੱਚ ਹੀ ਪਾ ਲਈਏ, ਤਾਂ ਭਾਵੇਂ ਕੜਾਹੀ 'ਚ ਕੱਢਣ ਤੋਂ ਬਾਅਦ ਆਪਾਂ ਕੁਛ ਬੂੰਦਾਂ ਲੈਮਨ ਜੂਸ ਦੀਆਂ ਪਾ ਦੇਵਾਂਗੇ। ਮੈਂ ਵਿੱਚ ਅੱਧਾ ਨਿੰਬੂ ਨਿਚੋੜ ਦਿੱਤਾ ਸੀ, ਇਹਦੇ ਨਾਲ ਨਾ ਟੇਸਟ ਵੀ ਬਹੁਤ ਵਧੀਆ ਆਉਂਦਾ। ਤਾਂ ਦੂਜੇ ਨੰਬਰ 'ਤੇ ਜਿਹੜਾ ਲੈਮਨ ਹੈ, ਇਹ ਪ੍ਰਿਜ਼ਰਵੇਟਿਵ ਦਾ ਕੰਮ ਵੀ ਕਰਦਾ। ਕੋਈ ਇਹਦੇ 'ਚ ਆਪਾਂ ਪ੍ਰਿਜ਼ਰਵੇਟਿਵ ਨਹੀਂ ਪਾਇਆ ਗਾ, ਇੱਕ ਸਿਰਫ ਲੈਮਨ ਦੇ ਸਿਰ 'ਤੇ ਹੀ ਇਹਨੂੰ ਆਪਾਂ ਲੰਬੇ ਟਾਈਮ ਤੱਕ ਰੱਖ ਸਕਦੇ ਹਾਂ। ਤਾਂ ਜੇ ਮੈਂ ਹੁਣ ਇਹਦੀ ਬਣੇ ਹੋਏ ਦੀ ਤੁਹਾਨੂੰ ਵਧੀਆ ਇਹਦੀ ਕੰਸਿਸਟੈਂਸੀ ਵਿਖਾਵਾਂ, ਤਾਂ ਵੇਖੋ ਕਿੰਨੀ ਵਧੀਆ ਤਰ੍ਹਾਂ ਬ੍ਰੈਡ ਦੇ ਉੱਤੇ ਸਪਰੈਡ ਹੋ ਰਿਹਾ ਵਧੀਆ ਐਨ। ਤਾਂ ਜਿਹੜਾ ਕਿ ਟੇਸਟੀ ਵੀ ਹੈ, ਵਧੀਆ ਵੀ ਹੈ, ਬੱਚੇ ਇਹਨੂੰ ਬ੍ਰੈਡ 'ਤੇ ਪਰੌਂਠਿਆਂ ਨਾਲ ਖਾਣਾ ਵੀ ਬੜਾ ਪਸੰਦ ਕਰਦੇ ਆ। ਲਓ ਜੀ ਵੇਖੋ ਕਿੰਨਾ ਵਧੀਆ, ਅਤੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਹੈ। ਲਓ ਜੀ ਵੀਵਰਸ, ਆਮਲੇ ਦਾ ਜੈਮ ਬਣ ਕੇ ਆਪਣੇ ਕੋਲ ਰੈਡੀ ਹੈ, ਜਿਹੜਾ ਕਿ ਖਾਣ ਦੇ ਵਿੱਚ ਇੰਨਾ ਟੇਸਟੀ ਹੈ ਅਤੇ ਹੈਲਦੀ ਹੈ ਬਹੁਤ ਜ਼ਿਆਦਾ। ਵੈਸੇ ਬੱਚੇ ਆਮਲੇ ਖਾਣ, ਨਾ ਖਾਣ, ਅਚਾਰ ਜਾਂ ਕਿ ਕੁਛ ਵੀ ਨਾ ਖਾਣ, ਤਾਂ ਇਹ ਚੀਜ਼ ਤਾਂ ਬਹੁਤ ਵਧੀਆ ਬ੍ਰੈਡਾਂ ਅਤੇ ਪਰੌਂਠਿਆਂ ਨਾਲ ਬਹੁਤ ਖੁਸ਼ ਹੋ ਕੇ ਖਾਂਦੇ ਆ। ਤਾਂ ਵੀਵਰਸ, ਅਗਰ ਮੇਰੀ ਅੱਜ ਦੀ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਨਾ, ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ। ਜੋ ਵੀਵਰਸ ਮੇਰੇ ਚੈਨਲ 'ਤੇ ਫਸਟ ਟਾਈਮ ਵੀਡੀਓ ਵੇਖ ਰਹੇ ਆ, ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਘੰਟੀ ਵਾਲਾ ਬਟਨ ਆਲ 'ਤੇ ਪ੍ਰੈਸ ਕਰਨਾ, ਤਾਂ ਕਿ ਮੇਰੀ ਆਉਣ ਵਾਲੀ ਨੈਕਸਟ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ। ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।